ਸਰਦਾਰ ਅਲੀ ਜੀ ਸਪੈਸ਼ਲੀ ਤੌਰ ਤੇ ਇੱਥੇ ਪਹੁੰਚੇ ਆ ਵਿੱਕੀ ਬਾਸ਼ਾ ਜੀ ਦੇ ਯਾਦਗਾਰੀ ਮੇਲੇ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਸਰ ਤੁਹਾਡਾ ਜੀ ਚੈਨਲ ਤੇ ਜੀ ਥੈਂਕ ਯੂ ਜੀ ਜੱਗ ਪੰਜਾਬੀ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰੇ ਦਰਸ਼ਕਾਂ ਨੂੰ ਦੱਸ ਦਿਓ ਜੀ ਵਿੱਕੀ ਬਾਸ਼ਾ ਜੀ ਨਾਲ ਕਿੰਨਾ ਪਿਆਰ ਸੀਗਾ ਜੀ ਤੁਹਾਡਾ ਮੇਰਾ ਵਿੱਕੀ ਨਾਲ ਬਹੁਤ ਪਿਆਰ ਸੀਗਾ ਔਰ ਬੜਾ ਮਸਤ ਮੌਲਾ ਇਨਸਾਨ ਸੀ ਉਹ ਮੁਹੱਬਤ ਕਰਨ ਵਾਲਾ ਬੰਦਾ ਸੀ ਔਰ ਹਰ ਇੱਕ ਨਾਲ ਨਿਭਾਉਣ ਵਾਲਾ ਖੜਨ ਵਾਲਾ ਇਨਸਾਨ ਸੀਗਾ ਬੇਵਕਤ ਮੌਤ ਉਹਨੂੰ ਆਪਣੇ ਕਲਾਵੇ ਦੇ ਵਿੱਚ ਲੈ ਗਈ ਜੀ ਇਹ ਪਾਣਾ ਕਿਸੇ ਨਾਲ ਵੀ ਵਾਪਰ ਸਕਦਾ ਕਿਉਂਕਿ ਇਹ ਕੋਈ ਉਮਰ ਨਹੀਂ ਦੇਖਦੀ ਜੀ ਇਹ ਕੋਈ ਸਮਾਂ ਨਹੀਂ ਦੇਖਦੀ ਇਹ ਤਾਂ ਮੌਤ ਹੈ ਬੇਤ ਹੈ ਹਰ ਇੱਕ ਦੇ ਉੱਪਰ ਹੀ ਵਾਜਿਬ ਹੈ ਆਣੀ ਆਣੀ ਹੈ ਸੋ ਵਿੱਕੀ ਬੜਾ ਖੂਬਸੂਰਤ ਗਾਉਂਦਾ ਸੀ ਔਰ ਫਕੀਰਾਂ ਦੀ ਰੂਹ ਦੀ ਗੱਲ ਕਰਦਾ ਸੀ ਮੈਂ ਹਮੇਸ਼ਾ ਉਹਦਾ ਗਾਣਾ ਬੜਾ ਮੁਤਾਸਰ ਹੁੰਦਾ ਸੀ ਉਹਦੇ ਗਾਣੇ ਤੋਂ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਸਪੈਸ਼ਲੀ ਫੋਨ ਕਰ ਕਰਕੇ ਬੁਲਾ ਲੈਂਦਾ ਸੀ ਕਈ ਵਾਰੀ ਘਰ ਬਹੁਤ ਬਹਿੰਦੇ ਸੀਗੇ ਉੱਠਦੇ ਸੀ ਇੱਕ ਦੂਜੇ ਨਾਲ ਖੜਦੇ ਸੀਗੇ ਪਰ ਬੜਾ ਦੁੱਖ ਹੋਇਆ ਤੇ ਲੋਕਡਾਊਨ ਦੇ ਵਿੱਚ ਉਹ ਬਰਸੀਆਂ ਨਹੀਂ ਮਨਾ ਹੋਈਆਂ ਜਦੋਂ ਨਹੀਂ ਆ ਹੋਇਆ ਪਰ ਮੈਂ ਨਾਲ ਦੀ ਨਾਲ ਸਾਰੇ ਕਲਾਕਾਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਸਭ ਨੂੰ ਆਉਣਾ ਚਾਹੀਦਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਤੇ ਤੁਸੀਂ ਸਪੈਸ਼ਲੀ ਤੌਰ ਤੇ ਇੱਥੇ ਪਹੁੰਚੇ ਆ ਤੇ ਅੱਜ ਮੇਲਾ ਹੋ ਰਿਹਾ ਤੇ ਕੀ ਕਹਿਣਾ ਚਾਹੋਗੇ ਜੀ ਸਾਰਿਆਂ ਨੂੰ ਮੈਂ ਤਾਂ ਇਹ ਆ ਵੀ ਦੇਖੋ ਕੰਮ ਤਾਂ ਸਾਰੇ ਕੋਲੇ ਹੁੰਦਾ ਰੋਜ਼ੀ ਰੋਟੀ ਦਾ ਮਾਲਕ ਦੇ ਰਿਹਾ ਮੈਂ ਦਿਨੇ ਹੁਣ ਸ਼ੋਅ ਲਾ ਕੇ ਆਇਆ ਉਸ ਤੋਂ ਮੇਰੀ ਸਟੂਡੀਓ ਰਿਕਾਰਡਿੰਗ ਚੱਲਦੀ ਆ ਮੈਂ ਉੱਥੇ ਵੀ ਆਪਣਾ ਸ਼ਡਿਊਲ ਕਰਕੇ ਆਪਣਾ ਸੈਸ਼ਨ ਕਰਕੇ ਪੂਰਾ ਸਟੂਡੀਓ ਦਾ ਫਿਰ ਮੈਂ ਚਾਹੇ ਥੋੜੇ ਸਮੇਂ ਲਈ ਆਇਆ ਪਰ ਮੈਂ ਹਾਜ਼ਰੀ ਲਵਾਉਣ ਆਇਆ ਬੱਚਿਆਂ ਦੇ ਵਿੱਚ ਉਹਦੇ ਬੱਚੇ ਨੇ ਬੇਟੀਆਂ ਨੇ ਉਹਦੀਆਂ ਤੇ ਸਾਡੇ ਭਾਬੀ ਜੀ ਨੇ ਪੂਰਾ ਪਰਿਵਾਰ ਹੈ ਇੱਕ ਹੌਸਲਾ ਹੀ ਹੁੰਦਾ ਹੋਰ ਇੱਥੇ ਕੋਈ ਕਿਸੇ ਨੂੰ ਕੀ ਦੇ ਦਿੰਦਾ ਤੇ ਅਸੀਂ ਕਿਹੜਾ ਇੱਥੇ ਕੁਛ ਲੈਂਟਰ ਪਾ ਚੱਲੇ ਇਹਨਾਂ ਦਾ ਜਾਂ ਅਸੀਂ ਹਨਾ ਕੁਛ ਇਹਨਾਂ ਦੇ ਬੈਂਕਾਂ ਭਰ ਦਿੱਤੀਆਂ ਏਦਾਂ ਦਾ ਕੁਛ ਨਹੀਂ ਹੁੰਦਾ ਇੱਕ ਦੂਜੇ ਨਾਲ ਬਸ ਥੋੜਾ ਮੁੰਡਿਆਂ ਦਾ ਮੁੰਡਾ ਲਾ ਕੇ ਖੜਨਾ ਹੁੰਦਾ ਰੋਟੀ ਆਪਣੀ ਖਾਣੀ ਹੈ ਸਭ ਨੇ ਆਪਣੀ ਆਪਣੀ ਰੋਜ਼ੀ ਰੋਟੀ ਖਾਣੀ ਹੈ ਤੇ ਖਾ ਵੀ ਰਹਿਣ ਆਉਣਾ ਚਾਹੀਦਾ ਸਭ ਜੀ ਸਭ ਨੂੰ ਅੱਜ ਦੀ ਡੇਟ ਦੇ ਵਿੱਚ ਸਰਦਾਰ ਅਲੀ ਜੀ ਦੇਖੋ ਤੁਹਾਡਾ ਨਾਮ ਹੈ ਜੀ ਔਰ ਤੁਹਾਡਾ ਇਹਨਾਂ ਦੇ ਨਾਲ ਖੜਨਾ ਹੀ ਇੱਕ ਬਹੁਤ ਵੱਡੀ ਗੱਲ ਹੈ ਜੀ ਅੱਛਾ ਜੀ ਹੁਣੇ ਸਾਡੀ ਗੱਲ ਹੋਈ ਸੀਗੀ ਉਹਨਾਂ ਦੇ ਵੱਡੇ ਬੇਟੇ ਦੇ ਨਾਲ ਕਬੀਰ ਬਾਸ਼ਾ ਜੀ ਦੇ ਨਾਲ ਉਹਨਾਂ ਨੇ ਕਿਹਾ ਵੀ ਜੋ ਉਮੀਦਾਂ ਮੇਰੇ ਕੋਲ ਜਿਹੜੀ ਆਡੀਅੰਸ ਹੈ ਵਿੱਕੀ ਬਾਸ਼ਾ ਜੀ ਦੀ ਰੱਖਦੀ ਹਾਂ ਤੇ ਮੈਂ ਉਹਨਾਂ ਦੀ ਜਿਹੜੀ ਉਮੀਦਾਂ ਤੇ ਖਰਾ ਉਤਰੂਗਾ ਜੀ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸਪੋਰਟ ਤੁਹਾਡੇ ਵੱਲੋਂ ਵੀ ਕੀਤੀ ਜਾਵੇਗੀ ਜੀ ਹਾਂ ਅਸੀਂ ਤੇ ਵਿੱਕੀ ਬਾਸ਼ਾ ਦੀ ਡੈਥ ਤੇ ਵੀ ਅਨਾਉਂਸ ਕੀਤਾ ਸੀ ਉਹਦੇ ਭੋਗ ਤੇ ਵੀ ਅਨਾਉਂਸ ਕੀਤਾ ਸੀ ਅਗਰ ਉਸ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਆ ਜੀ ਜੋ ਸਾਡੇ ਪੱਲੇ ਮਾੜਾ ਮੋਟਾ ਆਇਆ ਸੀ ਤਾਂ ਨਾਲ ਹੀ ਆ ਸਾਰੇ ਕਲਾਕਾਰੀ ਨਾਲ ਨੇ ਜੀ ਉਹਨੂੰ ਮਿਹਨਤ ਕਰਨੀ ਪੈਣੀ ਆ ਵਿੱਕੀ ਬਾਸ਼ਾ ਦੀ ਜਗ੍ਹਾ ਤੇ ਪਹੁੰਚਣਾ ਕੋਈ ਸੌਖਾ ਨਹੀਂ ਹੈਗਾ ਜੀ ਉਹਦਾ ਇੱਕ ਬੜਾ ਲੰਬਾ ਸੰਘਰਸ਼ ਸੀਗਾ ਉਸ ਬੰਦੇ ਦਾ ਜੀ ਤੇ ਉਸ ਬੇਟੇ ਨੂੰ ਵੀ ਸੰਘਰਸ਼ ਕਰਨਾ ਪੈਣਾ ਉਹ ਜਗ੍ਹਾ ਨੂੰ ਮੇਨਟੇਨ ਕਰਨ ਵਾਸਤੇ ਜੀ ਸਾਡੀ ਜਦੋਂ ਵੀ ਕਿਤੇ ਵੀ ਉਹਨੂੰ ਲੱਗੇਗਾ ਕਿ ਸਾਡੀ ਮਦਦ ਚਾਹੀਦੀ ਆ ਅਸੀਂ ਹਾਜ਼ਰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇਹ ਸਨ ਸਰਦਾਰ ਅਲੀ ਜੀ ਫੇਮਸ ਸਿੰਗਰ ਸੂਫੀ ਸਿੰਗਰ ਫੇਮਸ ਸਿੰਗਰ ਹੈ ਜੀ ਔਰ ਇਹਨਾਂ ਨੇ ਕਿਹਾ ਜੀ ਵਿੱਕੀ ਬਾਸ਼ਾ ਦੇ ਬੇਟੇ ਨੂੰ ਅੱਗੇ ਵਧਣ ਦੇ ਲਈ ਇਸੇ ਲਾਈਨ ਦੇ ਵਿੱਚ ਅੱਗੇ ਵਧਣ ਦੇ ਲਈ ਵਿੱਕੀ ਬਾਸ਼ਾ ਬਣਨ ਦੇ ਲਈ ਜੋ ਵੀ ਮੇਰੇ ਤਾਂ ਹੈਲਪ ਦੀ ਜ਼ਰੂਰਤ ਪਵੇਗੀ ਉਹ ਮੈਂ ਜ਼ਰੂਰ ਕਰਾਂਗਾ ਧੰਨਵਾਦ ਜੀ